वोटां दे नेड़े आउंदे ही सियासी गलियारियां च पोल खोल ते बोल दी राजनीति शुरू हो जांदी है, जिस करके हर नेता अज किसी ना किसी मुद्दे नूं लैके विवादां च घिरे होए ने। जदों हर कोई विवादां च घिरिया होया है तां कांग्रेस दे चहेते जवान फिसलू राजा वड़िंग फिर कित्थे पिछे रह सकदे ने। जी हां, बठिंडा तो कांग्रेस के उम्मीदवार ते गिद्दड़वाहा तो विधायक राजा वड़िंग हमेशा ही विवादां दे घेरे च रहिंदे ने, जिसके चलते वह विरोधियों के निशाने ते भी रहिंदे ने। पर हुण उन्हां दे लई इक होर सियापा खड़ा हो गया है, ते ओह एह है कि उन्हां दे पिंड दे ही साबका सरपंच ने राजा वड़िंग दे पिता दे बारे वड्डे राज खोले ने। उन्हां कहा कि राजा वड़िंग दे पिता ने दूजा विआह करवाया सी। राजा वड़िंग दे पिता ते गंभीर दोष लगांदे होए उन्हां ने कहा कि ओह कातिल ने, ते नाल ही उन्हां ने जानकारी दिंदे होए दस्या कि आतंकवाद दे समें विच ਉਹ ਉਹਨਾਂ ਦੇ ਨਾਲ ਜੇਲ੍ਹ 'ਚ ਵੀ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦਾ ਪਿਤਾ ਕ੍ਰਿਮੀਨਲ ਹੈ। ਦੇਖੋ ਇਹ ਪੂਰੀ ਵੀਡੀਓ। ਉਦੋਂ ਮੈਂ ਦੁੱਧਾ ਕੰਮ ਕਰਦਾ ਸੀਗਾ, ਇਹਦੇ ਪਿਓ ਨੇ ਸਾਡੇ ਪਿੰਡ ਦੂਜੀਆ ਵਿਆਹ ਕਰਾਇਆ ਸੀ। ਪਹਿਲਾਂ ਇਹ ਵਿਆਹ ਸੀਗਾ ਸੋਥੇ, ਹਰਨੇਕ ਨੰਬਰਦਾਰ ਦੀ ਕੁੜੀ ਨੂੰ ਵਿਆਹ ਸੀ, ਜਿਹਦਾ ਇਹ ਮੁੰਡਾ ਰਾਜਾ ਵੜਿੰਗ। ਇਹਨੇ ਕੀ ਕੀਤਾ, ਇਹਦੇ ਪਿਓ ਨੇ ਸਾਡੇ ਪਿੰਡ ਸ਼ਾਦੀ ਕਰਵਾ ਕੇ ਚਾਰ ਕੁ ਮਹੀਨਿਆਂ ਬਾਅਦ ਸਾਡੇ ਪਿੰਡ ਵਾਲੀ ਕੁੜੀ ਨੂੰ ਉਹਨਾਂ ਨਾਲ ਰਲ ਕੇ ਮਾਰ ਕੇ ਨਹਿਰਾ ਸੁੱਟਾ ਸੀਗਾ। ਜਿਹੜਾ ਸਾਨੂੰ 21 ਦਿਨਾਂ ਬਾਅਦ ਪਤਾ ਲੱਗਿਆ ਪਿੰਡ 'ਚ, ਉਸ ਟਾਈਮ 'ਤੇ ਮੈਂ ਦੋਧਾ ਕੰਮ ਕਰਦਾ ਹੋਣ ਕਰਕੇ ਅਤੇ ਸਾਡੇ ਪਿੰਡ ਦੀ ਪੰਚਾਇਤ ਦੇ ਨਾਲ ਰਲ ਕੇ 3 ਮਹੀਨੇ ਜਦਾ ਜਦ ਨਾਲ ਅਸੀਂ ਲਾਸ਼ ਕਢਾਈ ਸੀ। ਉਸ ਟਾਈਮ 'ਤੇ ਆਪਣੇ ਜੀ SSP ਹੁੰਦਾ ਸੀਗਾ, ਬਲਕਾਰ ਸਿੰਘ ਸਾਡੇ ਠਾਣੇਦਾਰ ਹੁੰਦਾ ਸੀ, ਇਹਨਾਂ ਨੂੰ ਨਾਲ ਲੈ ਕੇ ਅਸੀਂ ਥੋਥੇ ਤੋਂ ਫੜ ਕੇ ਲਿਆਏ ਸੀ ਅਤੇ ਸਹੁਰੇ ਨੂੰ ਸੱਸ ਨੂੰ ਫੜ ਕੇ ਲਿਆ ਕੇ ਉਹਨਾਂ ਨੂੰ ਪੁੱਛਿਆ। ਫਿਰ ਇਹਦੀ ਬਹੂ ਦਾ ਮਾਮਾ ਦੇ ਵਿੱਚ ਮਾਰ ਦਿੱਤਾ, ਉਹਨੂੰ ਪੁੱਛਿਆ। ਉਹ ਜਦੋਂ ਸਾਰੀ ਤਬਦੀਲ ਠੀਕ ਹੋ ਗਈ ਵੀ ਪਤਾ ਲੱਗ ਗਿਆ ਵੀ ਇਹਨਾਂ ਨੇ ਕੁੜੀ ਮਾਰਤੀ, ਕਿ ਕੁੜੀ ਮਾਰ ਕੇ ਲਹਿ ਸੁੱਟਤੀ, ਜਿਹੜੇ ਉਹਦੇ ਲੀੜੇ ਸੀ ਉਹ ਇਹਦੀ ਸੱਸ ਨੇ ਹਾਰੇ 'ਚ ਪਾ ਕੇ ਫੁੱਕੇ ਸੀ, ਇਹਦੀ ਨਾਨੀ ਨੇ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਜੀ? ਚਲੋ ਉਹ ਕੇਸ ਚੱਲਿਆ, ਕੇਸ 'ਚ ਵੱਡਾ ਹੋਣ ਕਰਕੇ ਸਾਡੇ ਪਿੰਡ ਦਾ ਗੱਠ ਨਾ ਬੜਾ ਵੱਜਿਆ, ਉਹਦੇ ਤਰੀਕਾਂ 'ਤੇ ਜਾਂਦੇ ਰਹੇ ਅਸੀਂ। ਪਰ ਉਸ ਤੋਂ ਬਾਅਦ ਇਹ ਉਸ ਕੇਸ 'ਚ ਬਰੀ ਹੋ ਗਿਆ। ਇਹ ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਪਿੰਡ ਗਿੱਲ ਖੁਰਦ ਦਾ ਸਾਹਿਬ ਦਾ ਸਰਪੰਚ ਆ ਜੀ। ਅੱਛਾ ਜੀ, ਗਿੱਲ ਖੁਰਦ ਤੋਂ ਹੁਣ ਤੋਂ ਮੈਂ ਸਰਪੰਚ ਬਣ ਗਿਆ ਪਿੰਡ ਦਾ। ਉਸੇ ਬੇਚੀ ਬਣਿਆ ਕਿਉਂਕਿ ਇਸ ਚੀਜ਼ 'ਚ ਮੈਂ ਬਹੁਤ ਜ਼ਿਆਦਾ ਮਦਦ ਕੀਤੀ ਸੀ, ਲੋਕਾਂ 'ਚ ਚਾਹੇ ਵੀ ਬੰਦਿਆਂ ਨੂੰ ਸਰਪੰਚ ਬਣਾਓ। ਮੈਂ ਲਗਾਤਾਰ 5 ਵਾਲਾ ਸਰਪੰਚ ਬਣਿਆ ਪਿੰਡ ਦਾ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਜੀ? ਇਹ 1993 ਦੇ ਵਿੱਚ ਮੇਰੇ 'ਤੇ ਕੇਸ ਪਾ ਗਿਆ ਖਾੜਕੂਵਾਦ ਦਾ, ਸਰਪੰਚ ਹੁੰਦੇ ਨਾਤੇ। ਉਦੋਂ ਮੈਂ ਬਠਿੰਡਾ ਜੇਲ੍ਹ 'ਚ ਪਾ ਗਿਆ, ਭੱਬੇ ਪੁਲਿਸ ਨੇ ਭੇਜਤਾ ਕੇਸ ਪਾ ਕੇ। ਉੱਥੇ ਇਹ ਜੇਲ੍ਹ 'ਚ ਹੀ ਇਹ ਸੀ ਇਹਦਾ ਪਿਓ, ਤਾਂ ਉਹਦੇ ਪਿਓ ਨੂੰ ਪਤਾ ਲੱਗਿਆ ਵੀ ਜਿਹੜਾ ਗਿੱਲਾਂ ਸਰਪੰਚ ਆਇਆ, ਕਿਉਂਕਿ ਉਦੋਂ ਮੇਰੀ ਗਵਾਹੀ ਵੀ ਸੀਗੀ। ਮੈਨੂੰ ਗਵਾਹੀ ਕਰ ਤੋਂ ਬੜੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਵੀ ਤੂੰ ਗਵਾਹੀ ਮੁੱਕਰ, ਮੈਂ ਮੁੱਕਰ ਨਹੀਂ, ਮੈਂ ਗਵਾਹੀ ਦਿੱਤੀ ਪੁਲਿਸ ਰੋਕ ਕੇ ਫਰੀਦਕੋਟ ਜਾ ਕੇ। ਅਤੇ ਮੈਨੂੰ ਇਹ ਮਿਲਣ ਆ ਗਿਆ, ਤੱਕ ਕੇ ਸਨੇਹ 'ਚ ਬੈਠੇ ਸੀ। ਮੈਨੂੰ ਕਹਿੰਦਾ ਯਾਰ, ਮੈਂ ਜੋ ਸਿਆਣਿਆਂ, ਮੈਂ ਕਿਹਾ ਇਹ ਬੋਹੜ ਆਉਂਦਾ ਨਾ, ਬੋਹੜ ਹੈ ਇਹਦੇ ਪਿਓ ਦਾ ਨਾ। ਅਤੇ ਮੈਂ ਕਿਹਾ ਵੀ ਬੋਹੜ ਸਿੰਘ ਕਿਵੇਂ, ਤੂੰ ਕਿਵੇਂ ਜੇਲ੍ਹ 'ਚ ਫਿਰਦਾ ਹੁਣ? ਕਹਿੰਦਾ ਵੀ ਜਿਹੜੀ ਥੋਥੇ ਵਾਲੀ ਸੀ ਮੈਂ ਉਹ ਵੀ ਮਾਰਤੀ। ਮੈਂ ਉਹ ਵੀ ਮਾਰਤੀ? ਕਹਿੰਦਾ ਉਹ ਵੀ ਮਾਰਤੀ। ਅਤੇ ਉਹਦੇ ਕਹਿੰਦਾ ਮੈਨੂੰ ਯਾਰ 20 ਸਾਲ ਕੈਦ ਹੋ ਗਈ। ਮੈਂ ਕਿਹਾ ਇੱਦੂ ਪਹਿਲਾਂ ਕੈਦ ਮਾਰਤੀਆਂ? ਕਹਿੰਦਾ 3 ਮਾਰੀਆਂ ਮੈਂ ਇੱਦੂ ਪਹਿਲਾਂ। ਅਤੇ ਮੈਂ ਕਦੀ ਤਾਂ ਜਨਾਨੀਆਂ ਮਾਰਤੀਆਂ, ਮੈਂ ਸੀ ਸੀਗੇ ਬੈਠੇ, ਇਹਨੂੰ ਚਾਹ ਪਈ ਹੈ, ਗੱਲਾਂ ਬਾਤਾਂ ਕਰਨੀਆਂ ਸੀ ਬੈਠਿਆਂ ਨੇ। ਪਰ ਇਹ ਜੇ ਤੁਸੀਂ ਆਖੋ ਨਾ ਸ਼ਰੀਫ ਆ ਲਾਣਾ, ਇਹ ਲਾਣਾ ਸ਼ਰੀਫ ਨਹੀਂ ਹੈ, ਇਹ ਬਹੁਤ ਖਤਰਨਾਕ ਲਾਣਾ ਹੈ। ਕਿਉਂਕਿ ਜਿਨ੍ਹਾਂ ਨੇ ਕੁੜੀਆਂ ਮਾਰੀਆਂ ਲੋਕਾਂ ਦੀਆਂ, ਲੋਕਾਂ ਦੇ ਭਲੇ ਕੀ ਕਰ ਦੇਣਗੇ? ਦੱਸੋ ਮੈਨੂੰ, ਜੇ ਗੱਲ 'ਚ ਕੋਈ ਸ਼ਰਤ ਕਰ ਤਾਂ ਮੈਨੂੰ ਜਿੱਥੇ ਮਰਜ਼ੀ ਬੁਲਾਓ, ਮੈਂ ਜਿਉਂਦਾ ਜਾਗਦਾ। 25 ਸਾਲ ਮੈਂ ਸਰਪੰਚ ਰਿਹਾ, ਹੁਣ ਮੌਕੇ 'ਤੇ ਮੈਂ ਬੜਾ ਸਹੀ ਦਾ ਪ੍ਰਧਾਨ ਆ ਝੰਡੂਗੜ੍ਹ ਦਾ। ਅਤੇ ਪਿੰਡੇ ਹੁਣ ਲੋਕ ਕੀ ਕਹਿੰਦੇ ਆ ਜੀ? ਵੀ ਲੋਕ ਤਾਂ ਸਾਡੇ ਜੀ ਹੁਣ ਇਸ ਚੀਜ਼ ਨੂੰ, ਜਿਹੜੇ ਬੰਦੇ ਅਸਰ ਆ ਉਹ ਤਾਂ ਨਫ਼ਰਤ ਮੰਨਦੇ ਆ ਚੀਜ਼ ਦੀ। ਸਾਡੇ ਪਿੰਡ ਵੀ ਨਹੀਂ ਆਇਆ ਹੋਰ ਤੱਕ, ਉਹ ਤਾਂ ਨਫ਼ਰਤ ਮੰਨਦੇ ਵੀ ਇਹ ਬੰਦੇ ਨੇ ਆਪਣੇ ਬਾਪ ਏਡਾ ਵੱਡਾ ਕੀਤਾ। ਨੰਬਰ 2 'ਤੇ ਜਿਹੜੀ ਕੁੜੀ ਮਾਰੀ, ਮੈਂ ਇਹਦੇ ਪਿਓ ਨੂੰ ਐਂ ਵੀ ਕਿਹਾ ਉੱਥੇ ਵੀ ਤੂੰ ਕੁੜੀ ਮਾਰਨੀ ਨਹੀਂ ਸੀ ਯਾਰ, ਛੱਡ ਦਿੱਤਾ ਚੱਲ, ਅਸੀਂ ਹੋਰ ਸਭ ਤੋਂ ਦੇ, ਤੁਸੀਂ ਏਡਾ ਵੱਡਾ ਪਾਪ ਕਿਉਂ ਕੀਤਾ? ਇਹ ਕਹਿੰਦਾ ਜੀ ਮੇਰੇ ਸਹੁਰੇ ਨੇ ਮੈਨੂੰ ਲਾਸ਼ ਦਿੱਤਾ ਵੀ ਤੈਨੂੰ ਛੋਟੀ ਕੁੜੀ ਦਾ ਨਾਮ ਦੇ ਦਿਆਂਗੇ, ਕਿਉਂਕਿ ਤੁਸੀਂ ਸਾਲੀ ਪੜ੍ਹਦੀ ਸੀ ਕਾਲਜ 'ਚ, ਵੀ ਤੈਨੂੰ ਉਹਦੇ ਨਾਮ ਦੇ ਦਿਆਂਗੇ ਅਸੀਂ। ਅਤੇ ਕਹਿੰਦਾ ਮਨ ਵਿੱਚ ਉਹ ਵੀ ਗਈ, ਕਹਿੰਦਾ ਸਾਰੀਆਂ ਮਰ ਗਈਆਂ ਭਰਾਵਾ, ਹੁਣ ਜੇਲ੍ਹ 'ਚ ਇਹੋ ਜਿਹਾ ਖਾਨਦਾਨ ਇਹਨਾਂ ਦਾ ਭਰਾਵਾ ਜਿਹੜਾ ਇੱਥੇ ਇਲੈਕਸ਼ਨ ਲੜਦੇ, ਹੁਣ ਕਹਾ ਵੋਟਾਂ ਲੋਕਾਂ ਨੇ ਪਾਉਣੀਆਂ, ਦੇਖ ਕੇ ਪਾਓ ਵੀ ਕਿਹੋ ਜਿਹਾ ਖਾਣਾ, ਉੱਥੇ ਬਾਦਸ਼ਾਹ ਖਾਨਦਾਨ ਦੇਖ ਲਓ। ਆਹ ਕਹਾਣੀ ਹੈ ਸਾਰੀ, ਜੇ ਕਿਤੇ ਲੋੜ ਪਈ ਮੈਂ ਤਾਂ ਜਿੱਥੇ ਮਰਜ਼ੀ ਕਹੂੰ ਉੱਥੇ ਵੀ ਜਾ ਕੇ ਦੱਸ ਸਕਦਾ, ਇਹਦਾ ਪਿਓ ਮੇਰਾ ਜੇਲ੍ਹ 'ਚ ਰਿਹਾ ਸੀ, ਇਕੱਠੇ ਰਹੇ ਹਾਂ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।